ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕੁਮ। ਖਰੀਅਤ ਠੀਕ ਹੋ? ਤਬੀਅਤ ਸਿਹਤ ਠੀਕ ਹੈ? ਜਦੋਂ ਪਾਸਿੰਗ ਕਰਾ ਕੇ ਆਇਆ ਨਾ, ਉਸ ਵੇਲੇ ਬਾਰਿਸ਼ ਲੈ ਪਈ ਆ, ਉੱਥੇ ਮੱਠੀ ਮੱਠੀ ਬਾਰਿਸ਼ ਲੈ ਪਈ ਆ, ਅਤੇ ਸਾਰੇ ਰਾਹ ਬਾਰਿਸ਼ ਲੱਗੀ ਹੈ। ਮੈਂ ਤਾਂ ਉਹਨੂੰ ਲਗਾਇਆ, ਮੈਂ ਕਿ ਯਾਰ ਗੱਡੀ ਡਾਡੀ ਮੇਰੀ ਤਾਂ ਸੋਹਣੀ ਸੁਲੱਕੀ ਆ ਅਤੇ ਤਰੱਕਦੀ ਪਈ ਹੈ, ਮੁੜ ਮੈਂ ਕਿਹਾ ਵੀ ਬਾਰਿਸ਼ ਜੋ ਹੈ ਤਰੱਕਣੀ ਤਾਂ ਹੈ ਗੱਡੀ। ਖੈਰ ਕੁਝ ਗਾਰਾ ਚੀਕੋੜ ਦਾ ਮਾਡੀ ਗਾਰਡਨ ਵੀ ਲੱਗ ਗਿਆ, ਗੱਡੀ ਮੈਂ ਉਹਨੇ ਆ ਕੇ ਅਡੋਲ ਖਿਲਾਰ ਛੋੜੀ। ਗੱਡੀ ਆ ਕੇ ਅਡੋਲ ਖਿਲਾਰ ਛੋੜੀ, ਜਿਵੇਂ ਖਿਲਾਰੀ ਅੱਗੂ ਦੂਏ ਦੇ ਮਹੀਨੇ ਹੋ ਗਿਆ ਬੁਖਾਰ, ਅਤੇ ਬੁਖਾਰ ਕੁਛ 6-7 ਦਿਨ ਚੰਗੀ ਪੇਨ ਕੱਢੀ ਸਿੱਧੀ ਗੱਲ। ਅਤੇ ਇਹ ਕਲੋਕਾ ਜਿਹੜਾ ਨਾ, ਕੋਈ ਸਿਰ ਪੱਟੀ ਵਧਾਂ, ਅੱਜ ਚੁੱਕਰ ਦਾ ਗਿਰਾਂ ਵੀ ਖਾਧਾ, ਹੁਣ ਕੋਈ ਮਤਲਬ ਨਾ, ਬੁਖਾਰ ਤੂੰ ਆਰਾਮ ਹੈ, ਲੇਕਿਨ ਬੁਖਾਰ ਦੀ ਵਜ੍ਹਾ ਤੋਂ, ਆਉਣ ਵਾਲੀ ਕਮਜ਼ੋਰੀ ਦੀ ਵਜ੍ਹਾ ਤੋਂ ਨਾ, ਉਹ ਲੱਤਾਂ ਹੀ ਕੰਬਦੀਆਂ ਸਿੱਧੀ ਗੱਲ ਹੈ, ਅਤੇ ਪਸੀਨਾ ਹੀ ਪਸੀਨਾ ਇਤਨਾ ਆਉਂਦਾ ਤੁਹਾਨੂੰ ਕੀ ਦੱਸਾਂ। ਬਹਰਹਾਲ ਮੈਂ ਅੱਜ ਆੜੋਸ ਲੈਂਦੇ ਹੋਇਆਂ, ਅੱਜ ਗੱਡੀ ਨੂੰ ਕੋਈ ਲਾਇਆ ਜੁਲਾਇਆ, ਮੈਂ ਯਾਰ ਕੋਈ ਇਹਨੂੰ ਉੱਥੋਂ ਪਾਣੀ ਤਾਂ ਲਵਾਈਏ, 'ਚ ਸਾਰਾ ਦੂੜ ਗੱਟਾ ਉੱਤੇ ਲੱਗਾ ਪਿਆ, ਅਤੇ ਉਹ ਪਾਣੀ ਛਾਣੀ ਇੱਥੇ ਲਵੇਂਦੇ ਪਏ ਸਰਵਿਸ ਡਾਕ ਕੇ ਨਾ, ਇਹ ਦੇ ਪਿਓ ਤੁਹਾਨੂੰ ਮੈਂ ਕਰਦਾ, ਅਤੇ ਉਹ ਨਾ ਮਾਡੀ ਗਾਰਡਨ ਵਿੱਚ ਪ੍ਰੈਸ਼ਰ ਨਾਲ ਪਾਣੀ ਅਤੇ ਬਾਡੀ ਅਤੇ ਸਾਈਡਾਂ 'ਤੇ ਕੈਬਨ ਵੀ ਦੋਪ ਜਿਹਾ ਸੀ ਨਾ, ਅਤੇ ਮੁੜ ਗਰੀਸ ਵਾਲੇ ਨੂੰ ਫੋਨ ਕਰਨੇ ਹਾਂ, ਗਰੀਸ ਵਾਲਾ ਆ ਜਾ ਸੀ, ਇਹ ਗਰੀਸ ਕਰ ਛੁੜੇ ਸੀ, ਗਰੀਸ ਕਰਾ ਕੇ ਇਨਸ਼ਾਅੱਲਾ ਇਨਸ਼ਾਅੱਲਾ ਮੇਰਾ ਇਰਾਦਾ ਹੈ ਵੀ ਮੈਂ ਸਿਹਤ ਮੇਰੀ ਹੁਣ ਕੋਈ ਠੀਕ ਹੋ ਗਈ, ਜਲਦੀ ਮੈਂ ਜਿਹੜਾ ਨਾ ਨਿਕਲਾਂ, ਅਤੇ ਕੋਈ ਰੋਜ਼ੀ ਰੋਟੀ ਦੀ ਕਰੀਏ, ਕਿਉਂ ਜੋ ਸਾਰੇ ਰੈਸਟਾਂ ਵੀ ਹੋ ਗਈਆਂ, ਗੱਡੀ ਦਾ ਕੰਮ ਵੀ ਹੋ ਗਿਆ, ਬੱਡ ਵੀ ਨਵੀਂ ਤਿਆਰ ਹੋ ਗਈ, 30 ਰੁਪਈਆਂ ਦੇ ਉੱਤੇ ਲੱਗ ਗਿਆ, ਅਤੇ ਹੁਣ ਜਿਹੜਾ ਨਾ ਕੋਈ ਰਲਕਾ ਹੀ ਗੱਡੀ, ਕੋਈ ਅੱਲਾ ਪਾਕ ਕੋਲੋਂ ਕੋਈ ਬੰਦਾ ਹਰਕਤ ਏ ਬਰਕਤ ਹੁੰਦੀ ਹੈ, ਬੰਦਾ ਜਦੋਂ ਨੀਅਤ ਨਾਲ ਤੁਰ ਪਵੇ ਵੀ ਨਾ, ਬੱਚਿਆਂ ਵਾਸਤੇ ਅੱਖ ਲਾਲ ਦੀ ਰੋਜ਼ੀ ਕਮਾਉਣ ਵਾਸਤੇ ਜਾਂਦਾ ਪਿਆ, ਅਤੇ ਅੱਲਾ ਪਾਕ ਰੋਜ਼ੀ ਤਾਂ ਦਿੰਦਾ ਹੀ ਹੈ ਨਾ, ਉਹਦੇ ਖਜ਼ਾਨੇ ਦੇ ਵਿੱਚ ਥੋੜ੍ਹ ਤਾਂ ਕੋਈ ਨਹੀਂ ਨਾ, ਅਤੇ ਇਨਸ਼ਾਅੱਲਾ ਇਹ ਜਿਵੇਂ ਇਹ ਗੱਡੀ ਦੁੱਖਦੀ ਦੁੱਖੀ ਗਰੀਸ ਗੋਲੀ ਕਰਾ ਕੇ, ਅੱਜ ਤਾਂ ਨਹੀਂ ਅਤੇ ਕੱਲ੍ਹ ਇਨਸ਼ਾਅੱਲਾ ਰੋਡ 'ਤੇ ਨਿਕਲ ਸਾਂ ਗਿਆ, ਅਤੇ ਕੋਈ ਰੂਟੀਨ ਬੜੀ ਸਾਂ ਹੈ ਇੱਥੋਂ, ਵੀ ਕੋਇਟੇ ਵਾਲਾ ਸੀਜ਼ਨ ਚੱਲਿਆ ਪਿਆ ਨਾ, ਸੇਬ ਸ਼ੇਬ ਚੱਲਦਾ ਪਿਆ, ਅਮਰ ਬਿਰਾ ਨੂੰ 30 ਚੱਕਰ ਲੋਡ ਕਰਕੇ ਆਉਂਦਾ ਪਿਆ ਅੱਜ, ਅਤੇ ਉਸੇ ਰੂਟੀਨ 'ਤੇ ਚੱਲਣਾ ਪੂਸੀ 2-3 ਮਹੀਨੇ ਤਾਂ ਸੇਬ ਸ਼ੇਬ 'ਤੇ ਚੱਲਸਾਂ ਲੱਗ ਰਿਹਾ ਸੀ, ਉਹਦੇ ਕੰਮ ਸ਼ੰਮ ਠੀਕ ਹੋ ਸੀ, ਬਹਰਲ ਮਾਰਕੀਟ ਤੋਂ ਅੱਡੇ ਹੋਇਆ 2-3 ਮਹੀਨਾ ਮੈਨੂੰ ਹੈ, ਕੋਈ ਡਰਾਈਵਰਾਂ ਨਾਲ ਰਾਬਤੇ ਸ਼ਬਦੇ, ਕੋਈ ਅੱਡੇ ਉੱਡੇ ਵਾਲੇ ਨਾਲ ਰਾਬਤੇ, ਵੀ ਇੱਥੋਂ ਕੀ ਲੋਡਿੰਗ ਲੱਭਦੀ, ਇੱਥੋਂ ਕੀ ਮਾਲ ਲੱਭਦਾ, ਉਹ ਜੋ ਚੀਜ਼ ਵੀ ਲੱਭੀ ਤੁਹਾਡੇ ਨਾਲ ਉਹ ਸ਼ੇਅਰ ਕਰੇ ਸਾਂ, ਵੀ ਕੀ ਲੋਡ ਕਰਕੇ ਗਿਆ, ਉਦੋਂ ਵਾਪਸੀ ਤਾਂ ਸੇਫ ਵੀ ਅੱਜ ਕੱਲ੍ਹ, ਅਤੇ ਇਨਸ਼ਾਅੱਲਾ ਰੋਡ 'ਤੇ ਮੁਲਾਕਾਤਾਂ ਹੁੰਦੀਆਂ, ਰਸ ਦੋਸਤਾਂ ਦੇ ਕਮੈਂਟ ਐਡ ਮੈਸੇਜ ਐਡ ਮੈਨੂੰ ਪੁੱਛਦੇ ਆਉਣ ਵੀ ਯਾਰ ਖੈਰ ਤਾਂ ਹੈ ਤੇਰੀ, ਕੋਈ ਵੀਡੀਓ ਨਹੀਂ ਆਉਂਦੀ, ਵੀ ਕੋਈ ਅਪਡੇਟ, ਸਿੱਧੀ ਗੱਲ ਸੁੱਖ ਨਾ ਹੋਵੇ ਤਾਂ ਕੱਛ ਚੰਗੀ ਨਹੀਂ ਲੱਗਦੀ, ਮੋਬਾਈਲ 'ਚੋਂ ਟੁੱਕਰ ਨਹੀਂ ਚੰਗਾ ਲੱਗਦਾ ਰਿਹਾ, ਟੁੱਕਰ ਮੈਂ ਕੋਈ ਨਹੀਂ ਖਾਧਾ, ਕੱਛ ਪਾਣੀ ਕੌੜਾ ਲੱਗਦਾ ਯਾਰ, ਬੁਖਾਰ ਆ ਮੈਨੂੰ, ਖੰਡ ਵੀ ਕੌੜੀ ਲੱਗਦੀ ਆ, ਜਿਸ ਵਜ੍ਹਾ ਤੋਂ ਨਾ ਸੁੱਖ ਕੋਈ ਨਾ, ਜਿਸ ਵਜ੍ਹਾ ਤੋਂ ਮੈਂ ਮੁੜ ਵੀਡੀਓ ਸ਼ੀਡੀਓ ਨਹੀਂ ਬਣਾ ਸਕਿਆ, ਠੀਕ ਹੋ ਗਿਆ, ਅਤੇ ਹੁਣ ਇਹਦੇ ਨਾ ਪਾਲਿਸ਼ ਲੱਗੀ ਹੋਈ ਉੱਤੇ, ਪਾਲਿਸ਼ ਐਵੇਂ ਪਾਣੀ ਮਾਰ ਕੇ ਤੂੰ ਟਾਕੀ ਮਾਰ ਛੋੜੋ, ਹਾਂ ਸ਼ੀਸ਼ਿਆਂ 'ਤੇ ਸ਼ਰਾਬ ਸ਼ਰਾਬ ਮਾਰੀ ਝਾ, ਹੈ ਹਾਂ ਇਹ ਪਾਲਿਸ਼ ਨੂੰ ਲੱਗੀ ਹੋਈ ਤਾਂ ਤੂੰ, ਹਾਂ ਅਤੇ ਇਸ ਵਜ੍ਹਾ ਤੂੰ ਨਾ ਮੈਂ ਮੁੜ ਵੀਡੀਓ ਕੋਈ ਨਹੀਂ ਬਣਾਈ, ਅਤੇ ਹੁਣ ਸਿਹਤ ਸਹੀ ਹੋ ਗਈ, ਅੱਲਾ ਕੀਤਾ ਤੁਹਾਡੀ ਦੁਆਵਾਂ ਦੇ ਨਾਲ, ਅਤੇ ਨਜ਼ਰੀਨ ਹੋਣ ਕਰਦੇ ਹਾਂ ਗਰੀਸ ਮੈਨ ਨੂੰ ਫੋਨ ਵੀ ਆ ਕੇ ਗਰੀਸ ਕਰਦੇ ਆ, ਉਮਰ ਹੈ ਫੋਨ ਕਰਦੇ ਉਹਨੂੰ, ਵੀ ਇੱਥਾਂ ਹੀ ਆ ਕੇ ਗਰੀਸ ਕਰਦੇ, ਅਸੀਂ ਇੱਥੇ ਪੱਕੀ ਜਾ ਕੇ ਖਿਲਾਰ ਸੁੱਟ ਸਨ, ਪਿੱਛਾ ਫਿਰ ਕਰ
ਕਾਪੀਰਾਈਟ ਨਾ ਆਇਆ ਪਿਆ ਹੋਵੇ, ਰੋਲ ਨਾ ਵੜ ਜਾਵੇ। ਪਤਾ ਨਹੀਂ ਫੋਨ ਚੰਦਾ ਵੀ ਹੈ ਕਿ ਨਹੀਂ, ਸ਼ਾਇਦ ਹੋ ਗਿਆ ਰਾਬਤਾ ਕੋਈ ਨਹੀਂ ਉਹਦੇ ਨਾਲ। ਫੋਨ ਕੋਈ ਨਹੀਂ ਚੰਦਾ ਪਿਆ। ਦੁਬਾਰਾ ਮੋਟਰ ਗਰੀਸਮੈਨ ਨਾਲ ਹੋਇਆ ਰਾਬਤਾ ਫੋਨ 'ਤੇ, ਉਸ ਆਖਿਆ ਮੈਂ ਆ ਜਾਂਦਾ ਇੱਥਾਂ ਹੀ, ਅੱਜ ਤੈਨੂੰ ਗਰੀਸ ਕਰਕੇ ਦਿੰਦਾ। ਗੱਡੀ ਹਟਾ ਲਈ ਸਰਵਿਸ ਡੈਕ ਤੋਂ, ਜੋ ਪਹਿਲੇ ਸਰਵਿਸ ਡੈਕ 'ਤੇ ਗੱਡੀ ਖਲੋਤੀ ਹੋਵੇ ਨਾ, ਹੁਣ ਸਾਡੇ ਵੱਲ ਕਸਟਮਰ ਨਹੀਂ ਆਉਂਦੇ। ਕਸਟਮਰ ਇਹ ਸਮਝ ਦੇਣ ਵੀ ਇੱਥੇ ਤਾਂ ਅੱਗੇ ਟਰੱਕ ਖਲੋਤਾ, ਸਾਡੀ ਵਾਰੀ ਕੋਈ ਨਹੀਂ ਆਉਣੀ। ਮੈਂ ਚਲੋ ਮੈਂ ਆਉਣਾ ਹਟਾ ਕੇ ਤੁਹਾਨੂੰ ਦਿੰਦਾ, ਹਟਾ ਕੇ ਇੱਥੇ ਕਿਤੇ ਖੜੀ ਕਰ ਲੈਂਦੇ ਸਾਈਡ 'ਤੇ, ਇੱਦਾਂ ਤਾਂ ਗਰੀਸ ਮੈਂ ਨਾ ਅੱਜ ਅਸੀਂ ਕਿਸੇ ਪੱਕੀ ਜਗ੍ਹਾ 'ਤੇ ਖਿਲਾਰ ਕੇ ਨਾ ਮੋੜ ਇਨਸ਼ਾਅੱਲਾ ਗਰੀਸ ਕਰੀਂਦੇ। ਬਾਈ ਉਮਰ ਯਾਦ ਆ ਗਿਆ ਸਾਡਾ ਗਰੀਸਮੈਨ ਜਿਹੜਾ, ਉਹ ਸਕੂਟਰ 'ਤੇ ਆ ਗਿਆ। ਲਓ ਜੀ ਆਪਣਾ ਜਿਹੜਾ ਗਰੀਸਮੈਨ ਹੈ ਬਾਈ ਉਮਰ ਯਾਦ, ਕੰਮ ਬੜਾ ਕਰਨ ਦਾ ਨੀਅਤ ਦੇ ਨਾਲ ਅਤੇ ਅਗਲੇ ਦੇ ਅਮਰ ਵਾਲੀ ਗੱਡੀ ਗਰੀਸ ਕੀਤੀ ਹੈ। ਇਸ ਵੇਲੇ ਮਿਹਨਤ ਆ ਬੁਖਾਰ, ਨਹੀਂ ਤਾਂ ਉਸ ਵੇਲੇ ਕਰਾ ਲੈਣੀ ਆ ਗਰੀਸ। ਬਾਈ ਇਹ ਕੀ ਹਾਲ ਹੈ? ਠੀਕ ਹੋ? ਖੈਰ ਹੈ। ਅਤੇ ਇਹਦੇ ਜਿਹੜੇ ਕਰਾਸ ਨੇ ਉਹਨਾਂ ਦੇ ਨਾਲ ਨਿਪਲਾਂ ਕੋਈ ਨਹੀਂ, ਉਹਨਾਂ ਦੀ ਤਗੀਦ ਕਰਨ ਦਾ ਪੈਂਦਾ। ਚਲੋ ਉਹਨਾਂ ਦਾ ਇਨਕਰੀਜ਼ ਕਰਨ ਦੇ ਵਜ੍ਹਾ ਸੇ ਇੱਕ ਵੀਲ ਜਾਮ ਹੈ ਅਗਲਾ, ਅਤੇ ਉਹ ਮੇਰਾ ਦਿਲ ਵੀ ਥਾਂ ਹੀ ਖੋਲ ਲਵੀਏ, ਵੀਲ ਡਰਾਵਾਂ ਕਰ ਲਵੀਏ, ਐਡਜਸਟ ਹੀ ਜਾਮ ਹੈ ਅਤੇ ਹਲਦਾ ਹੀ ਨਹੀਂ ਪਿਆ ਵੀਲ। ਰਾਤ ਵੀ ਤੰਗ ਕਰੇ ਸੀ, ਪਰੇਸ਼ਾਨ ਕਰੇ ਸੀ, ਗਰਮ ਹੋ ਜਾ ਸੀ ਵੀਲ। ਅਤੇ ਔਜ਼ਾਰ ਕੋਈ ਨਹੀਂ ਉਮਰੇ ਕੋਲ, ਇੱਥੋਂ ਹੋਏ ਬਾਈ ਸਾਜੇ ਟਾਇਰਾਂ ਦਾ, ਇਹਦੇ ਕੋਲ ਕੁਸੁੰਬਾ ਜਾਂ ਕੋਈ ਭਾਣਾ ਸ਼ਾਨਾ ਪੁੱਛਦੇ ਹਨ ਕਿ ਉਹਦੇ ਨਾਲ ਖੁੱਲਦਾ ਜਾਂ ਨਹੀਂ ਖੁੱਲਦਾ। ਸਾਜੇ ਸਾਹਿਬ ਅਗਲਾ ਵੀਲ ਜਾਮ ਹੈ, ਵੀਲ ਖੋਲਣਾ ਜਾਂ ਕੋਈ ਭਾਣਾ ਸ਼ਾਨਾ ਜਾਂ ਕੋਈ ਸੁੰਬਾ ਜਾ ਦੇਵੇ ਨਾ ਅਗਲੇ ਚੈੱਕ ਨਟ ਨੂੰ, ਜਿਹੜੀ ਸ਼ਾ ਲੱਗ ਜਾਵੇ ਅਗਲੇ ਵੀਲ ਦੇ ਚੈੱਕ ਨਟ ਨੂੰ। ਉਹ ਮੈਨੂੰ ਪਤਾ ਵੀ ਤੇਰੇ ਕੋਲ ਹਥਿਆਰ ਸਾਰੇ ਹਨ। ਜਲਦੀ ਨਹੀਂ ਪੀ ਲੈ ਇੱਧਰ ਛੱਡਣ, ਡਰਮ ਦਾ ਚੁੱਕਾ ਛੱਡਣ ਤੋਂ ਤਾਂ ਹੋਇਆ। ਗਰੀਸ ਕਾਲੀ ਨਹੀਂ ਹੋਈ ਪਈ?
ਵਿਹਲ ਰਵਾਂ, ਐਡਜਸਟ ਚਾਲੂ ਹੋ ਗਈ, ਜਿਹੜਾ ਜਾਮ ਆ ਗਏ ਉਹ ਵੀ, ਜਿਹੜੀ ਰਾਹ ਦੇ ਪਰੇਸ਼ਾਨੀ ਬਣਨੀ ਆ, ਚੰਗਾ ਹੋਇਆ ਗਰੀਸ ਕਰਾ ਲਈ ਥਾਂ ਸਮਝ ਲੱਗ ਗਈ। ਬਾਕੀ ਪਿਛਲੇ ਸ਼ਫਤਾਂ ਸ਼ੁਫਤਾਂ ਦੀ ਗਰੀਸ ਰਹਿੰਦੀ ਹੋ, ਜਿਹੜਾ ਵੀ ਕੰਮ ਧੰਦਾ ਹੋ ਗਿਆ, ਉਮਰ ਆ ਯਾਰ, ਗਰੀਸ ਵੀ ਕਰਕੇ ਵੀਲ ਛੇਲ ਸੈੱਟ ਸੈੱਟ ਕਰਕੇ ਵੱਧ ਗਿਆ। ਮੈਂ ਪੁੱਛਿਆ ਕਿੰਨੇ ਪੈਸੇ, ਕਹਿੰਦਾ ਯਾਰ 600-700 ਗਰੀਸ ਦਾ ਲੈਂਦਾ, 600-700 ਵੀਲ ਦਾ ਲੈ ਲੈਂਦਾ, ਤੂੰ ਜਿਹੜੇ ਮਰਜ਼ੀ ਦੇ 500 ਗਰੀਸ ਦਾ ਲੈਂਦੇ ਉੱਤੇ ਮਾਰਕੀਟ 'ਚ, ਅਤੇ ਵੀਲ ਦਾ ਮੇਰੇ ਖਿਆਲ 700-100 ਕਈ ਹਜ਼ਾਰ ਹੀ ਲੈ ਲੈਂਦਾ, ਕਈ 700 ਵੀ ਲੈਂਦਾ ਅਗਲੇ ਵੀਲ ਦਾ। ਖਾਲੀ ਖਾਲੀ ਅਡਜਸਟ ਚਾਲੂ ਕਰਕੇ ਤੇ ਕਰ ਥੋੜ੍ਹੀ ਘੜਾ ਦੀ ਮੁਕੰਮਲ ਦੋ ਕੇ ਮੁਕੰਮਲ ਵੀਲ ਦਾ। ਖੈਰ ਹੁਣ ਮੈਂ ਦਿੱਤਾ 1200 ਰੁਪਈਆ ਗਰੀਸ ਦਾ ਵੀ ਅਤੇ ਵੀਲ ਦਾ ਵੀ, ਖੁਸ਼ ਹੋ ਗਿਆ ਅਤੇ ਵੱਧ ਗਿਆ। ਹੁਣ ਤਾਂ ਆਮੂ ਬੁੱਖ ਤੂੰ ਡੰਦਾ ਪਿਆ, ਅਤੇ ਜੂਸ ਪੀ ਲਿਆ ਪਹਿਲੇ, ਹੁਣ ਵੱਧ ਗਿਆ ਗੱਡੀ ਉੱਥੇ ਜੇ ਖਿਲਾਰਦੇ ਹਾਂ। ਕੱਲ੍ਹ ਇਨਸ਼ਾਅੱਲਾ ਕੱਲ੍ਹ ਦੀ ਰੂਟੀਨ, ਕੱਲ੍ਹ ਵਾਲੀ ਵੀਡੀਓ ਤੁਹਾਨੂੰ ਦੱਸਦਾ। ਸੁਣੇ ਕਿ ਰੋਸ਼ਨ ਕੀ ਹਾਲ ਹੈ? ਠੀਕ, ਖੁਸ਼? ਕਿਤੇ ਗਿਆ ਹੋ? ਚਲੋ ਜੀ, ਚਲੀਏ ਗੱਡੀ ਕੱਢ ਕੇ ਉੱਥੇ ਖਲਾਰੀਏ ਛਾਂ ਥੱਲੇ, ਕੱਲ੍ਹ ਇਨਸ਼ਾਅੱਲਾ ਮੁੜ ਦਿਸਾਂ ਕਿਤੇ ਹੀ। ਹੁਣ ਗੁਦਾ ਦੋ ਕਿ ਨਾ ਪੂਰਾ ਦਿਲ ਪੂਰਾ ਦਿਲ ਵੀ ਨਾ ਦੋ ਕਿ ਨਾ ਕੱਪੜੇ ਛੱਪੜੇ ਚੇਂਜ ਕਰੀਏ।